ਦੋਵੇਂ ਟਰੈਕਟਰ ਆ ਜਾਓ ਮੈਦਾਨ ਚ, ਲਾਸਟ ਟਰੈਕਟਰ ਰਹਿ ਗਏ, ਨਵੇਂ ਆਰਡਰ ਕਰਦਾ ਮੈਂ। ਇੱਥੋਂ ਕੋਈ ਟਰੈਕਟਰ ਨਹੀਂ ਖੇਡ ਸਕਦਾ ਪਰ ਮੈਂ ਖੇਡ ਸਕਦਾ ਟਰਾਲੀਆਂ ਚਾਰੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲੋ ਜੀ ਸਵਾਗਤ ਹੈ ਜੀ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ। ਤੇ ਆਹ ਦੇਖ ਲਓ ਤੁਸੀਂ ਸੈਟਅਪ ਸਾਰਾ, ਬੈਕਗਰਾਊਂਡ ਕਿੱਦਾਂ ਦਾ ਆ ਰਿਹਾ, ਠੀਕ ਹੈ ਕਿ ਜੇ ਇੱਦਾਂ ਸ਼ੂਟ ਕਰਨੇ ਆ ਤਾਂ ਸੈਟਅਪ ਕਿੱਦਾਂ ਦਾ ਲੱਗਦਾ ਵੇਖਣ 'ਚ। ਹਾਲਾਂਕਿ ਇਸ 'ਚ ਦਾ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ, ਮੈਂ ਐਡਿਟ ਕਰਨ ਲੱਗੇ ਵੇਖਾਂ ਮੈਂ ਕਿੱਦਾਂ ਦਾ ਲੱਗਦਾ, ਠੀਕ ਹੈ। ਅਤੇ ਆਹ ਦੇਖ ਲਓ ਖਲਾਰੇ ਵਾਲਾ ਕੰਮ ਪੂਰਾ ਪੀਕ 'ਤੇ ਆ, ਅਤੇ ਮੈਨੂੰ ਲੱਗਦਾ ਕਿ ਅੱਜ ਦਾ ਦਿਨ ਇੱਦਾਂ ਹੀ ਰਹਿਣਾ ਹੈ। ਮੈਂ ਇੱਧਰ ਜ਼ਿਆਦਾ ਕੋਈ ਅੱਜ ਕੰਮ ਕਰਨਾ ਨਹੀਂ ਗਾ। ਆਹ ਜਿਹੜੇ ਡੱਬੇ ਨੇ ਨਾ ਚੱਕਣੇ ਨੇ, ਅਤੇ ਇਹਨਾਂ ਵਾਸਤੇ ਵੱਡੇ ਡੱਬੇ ਲਿਆਉਣੇ ਨੇ, ਵੀ ਡੱਬੇ ਹੈਗੇ ਨੇ ਉਹਨਾਂ ਨੂੰ ਜੋੜਨਾ ਹੈ। ਡੱਬੇ ਲਿਆ ਕੇ ਰੱਖੇ ਹੋਏ ਨੇ ਜਿਹਨਾਂ 'ਚ ਆਪਾਂ ਟਰੈਕਟਰ ਭੇਜਦੇ ਹਾਂ, ਪੈਕ ਕਰਦੇ ਹਾਂ, ਅਤੇ ਉਹਨਾਂ 'ਚ ਮੈਂ ਸੋਚਦਾ ਕਿ ਇੱਕ ਡੱਬਾ ਕਰਕੇ ਸੈੱਟ, ਅਤੇ ਉਹਦੇ ਵਿੱਚ ਆ ਸਾਰੇ ਨਿੱਕੇ ਡੱਬੇ ਪਾ ਦਾਂਗਾ। ਪਰ ਮੌਕੇ 'ਤੇ ਨਾ ਟੇਪ ਹੈ ਨਹੀਂ, ਟੇਪ ਦੇ ਰੋਲ ਸਾਰੇ ਖਤਮ ਹੋ ਜਾਣੇ, ਟੇਪ ਲੈ ਕੇ ਆਵਾਂਗੇ, ਫਿਰ ਡੱਬਾ ਸੈੱਟ ਹੋਊਗਾ, ਉਹ ਤੋਂ ਬਾਅਦ ਉਹਦੇ 'ਚ ਡੱਬੇ ਸੈੱਟ ਹੋਣਗੇ, ਡੱਬਾ ਡੱਬੇ, ਠੀਕ ਹੈ। ਇਹਦੇ ਵਾਸਤੇ ਤਾਂ ਫਿਰ ਆਪਾਂ ਰੁਕਾਂਗੇ ਮੌਕੇ 'ਤੇ। ਇੱਧਰ ਮੈਂ ਵਲੌਗ ਐਡਿਟ ਕੀਤਾ ਸੀ ਕੱਲ੍ਹ ਵਾਲਾ, ਅਤੇ ਉਹ ਰੈਂਡਰ ਕਰਨ ਲਾਇਆ ਹੋਇਆ, ਵੈਸੇ ਅੱਜ ਲੇਟ ਹੀ ਹੋ ਗਏ ਹਾਂ, ਟਾਈਮ ਵੇਖ ਲਓ 12 ਵੱਜ ਗਏ ਨੇ ਹੁਣ ਜਾ ਕੇ ਹੋਇਆ ਵਲੌਗ ਐਡਿਟ। ਅਤੇ ਮੈਕਬੁੱਕ ਹੋ ਗਈ ਫੁੱਲ ਚਾਰਜ, ਅਤੇ ਉਸ ਦੇ ਨਾਲ ਇੱਧਰ ਚੱਲਣ ਦਿਆ ਕੰਮ ਆਪਣੇ ਸਵਰਾਜ 'ਤੇ, ਉਹ ਚਲੋ ਤੁਹਾਨੂੰ ਮੈਂ ਅੱਗੇ ਦੱਸਦਾ ਵਾਂ, ਹੁਣੇ ਤੋਂ ਕਰਾਂਗੇ ਡਿਟੇਲ 'ਚ ਗੱਲ ਆਪਾਂ। ਅਤੇ ਆਹ ਇੱਕ ਕਾਂਡ ਰਾਤ ਇੱਕ ਹੋਰ ਹੋ ਗਿਆ, ਆਹ ਦੇਖ ਲਓ ਟਰਾਲੀ ਵਾਲੀ ਕਲੋਲ ਹੋ ਗਈ ਜੇ, ਟਰਾਲੀ ਆਪਣੀ ਅੱਧੀ ਪ੍ਰਿੰਟ ਹੋਈ ਹੈ, ਕੀ ਚੱਕਰ ਪਿਆ ਉਹ ਤੁਹਾਨੂੰ ਮੈਂ ਹੁਣੇ ਦੱਸਦਾ ਵਾਂ। ਅਤੇ ਆਹ ਜਿਹੜੀ ਟਰਾਲੀ ਹੈ ਨਾ, ਇਹਦੇ ਅੱਗੇ ਜਿਹੜਾ ਪਾਰਟ ਰਹਿ ਗਿਆ ਵੀ ਜਿਹੜਾ ਨਹੀਂ ਪ੍ਰਿੰਟ ਹੋਇਆ, ਉਹ ਮੈਂ ਅੱਡ ਪ੍ਰਿੰਟ ਕਰਕੇ ਇਹਦੇ ਅੱਗੇ ਜੋੜ ਦਾਂਗਾ, ਅਤੇ ਟਰਾਲੀ ਮੈਂ ਆਪਦੇ ਕੋਲ ਹੀ ਰੱਖ ਲਾਂਗਾ ਪਰਸਨਲ, ਠੀਕ ਹੈ। ਆਪਣੇ ਕਲੈਕਸ਼ਨ 'ਚ ਇੱਕ ਟਰਾਲੀ ਹੋਰ ਜੁੜ ਗਈ ਆਟੋਮੈਟਿਕ। ਅਤੇ ਸੀਨ ਇੱਦਾਂ ਹੋਇਆ ਸੀ ਕਿ ਆਹ ਜਿਹੜੀ ਟਰਾਲੀ ਪ੍ਰਿੰਟ ਕਰਨ ਲਈ ਲਾਈ ਸੀ ਆਪਣੇ ਨੀਲੇ ਪ੍ਰਿੰਟਰ 'ਤੇ, ਜਿਹਦਾ ਰਾਤ ਬੈੱਡ ਚੇਂਜ ਕੀਤਾ। ਕਸੂਰ ਵੈਸੇ ਸੱਚੀ ਦੱਸਾਂ ਤਾਂ ਪ੍ਰਿੰਟਰ ਦਾ ਵੀ ਕੋਈ ਨਹੀਂ ਗਾ, ਗਲਤੀ ਮੇਰੀ ਆਪਦੀ ਆ ਵੀ ਧਿਆਨ ਨਹੀਂ ਦਿੱਤਾ ਮੈਂ। ਇਸ ਤੋਂ ਪਹਿਲਾਂ ਵੀ ਇੱਕ ਵਾਰੀ ਕਾਂਡ ਹੋ ਚੁੱਕਿਆ, ਪਰ ਉਦੋਂ ਤਾਂ ਇੰਨਾ ਜ਼ਿਆਦਾ ਫਰਕ ਨਹੀਂ ਸੀ ਪਿਆ। ਕਾਂਡ ਕੀ ਹੋਇਆ ਸੀਗਾ, ਆਹ ਜਿਹੜੀ ਇਹਦੀ ਤਾਰ ਹੈ ਨਾ, ਆਹ ਜਿਹੜੀ ਉਤਲੀ ਮੋਟਰ ਦੀ ਤਾਰ ਹੈ ਐਕਸਟਰੂਡਰ ਵਾਲੀ, ਇਹ ਤਾਰ ਹੈ ਛੋਟੀ, ਠੀਕ ਹੈ। ਜਦੋਂ ਇੱਥੋਂ ਤੱਕ ਪਹੁੰਚ ਜਾਂਦਾ ਪ੍ਰਿੰਟਰ ਇੰਨਾ ਦੂਰ, ਠੀਕ ਹੈ, ਵੀ ਇੰਨਾ ਉੱਤੇ ਹੋ ਗਿਆ ਅਤੇ ਤਾਰ ਉਹਨੀ ਛੋਟੀ ਰਹਿ ਜੂਗੀ, ਅਤੇ ਆਹ ਜਿਹੜੀ ਤਾਰ ਸੀ ਨਾ ਇੱਥੇ ਅੜ ਗਈ ਇਸ ਜਗ੍ਹਾ 'ਤੇ ਜਿੱਥੇ ਹੋਣਾ ਮੌਕੇ 'ਤੇ। ਅਤੇ ਜਦੋਂ ਪ੍ਰਿੰਟਰ ਇੱਧਰ ਨੂੰ ਪ੍ਰਿੰਟ ਕਰਨ ਆਉਂਦਾ ਸੀ ਨਾ, ਇਹ ਤਾਰ ਅੱਗੇ ਜਾਣ ਹੀ ਨਹੀਂ ਦਿੰਦੀ ਪ੍ਰਿੰਟਰ ਨੂੰ, ਅਤੇ ਉਹ ਟਰਾਲੀ ਉੱਤੋਂ ਐਂ ਟੇਢੀ ਜਿਹੀ ਪ੍ਰਿੰਟ ਹੋਣ ਲੱਗ ਪਈ ਬਾਰਜੇ ਨੂੰ, ਠੀਕ ਹੈ, ਉੱਤੇ ਜੇ ਜਾ ਕੇ ਟਰਾਲੀ ਖਰਾਬ ਹੋ ਗਿਆ। ਚਲੋ ਤੁਹਾਨੂੰ ਮੈਂ ਵਿਖਾ ਹੀ ਦਿੰਦਾ, ਆਹ ਦੇਖੋ ਆਹ ਕਾਂਡ ਹੋ ਗਿਆ ਸੀਗਾ। ਇਹ ਇੱਦਾਂ ਵੀ ਐਵੇਂ ਟਰਾਲੀ ਪ੍ਰਿੰਟ ਹੋਣਦੀ ਹੈ, ਅਤੇ ਉੱਤੇ ਜਾ ਕੇ ਐਵੇਂ ਟੇਢੀ ਪ੍ਰਿੰਟ ਹੋਣ ਲੱਗ ਪਈ ਟਰਾਲੀ। ਉਹਦਾ ਰੀਜ਼ਨ ਇਹ ਸੀਗਾ, ਜਿਵੇਂ ਜਿਵੇਂ ਐਕਸਟਰੂਡਰ ਉੱਤੇ ਆਉਂਦਿਆ ਸੀਗਾ ਤਾਰ ਛੋਟੀ ਹੋਈ ਜਾਂਦੀ ਸੀ, ਅਤੇ ਤਾਰ ਜਿਹੜੀ ਆ ਉਹ ਮੋਟਰ ਨੂੰ ਇੱਧਰ ਜਾਣ ਹੀ ਨਹੀਂ ਦਿੰਦੀ, ਮੋਟਰ ਟਿਕ ਟਿਕ ਕਰਕੇ ਵਾਪਸ ਇੱਧਰ ਨੂੰ ਆ ਜਾਂਦੀ ਸੀਗੀ। ਆਹ ਇੱਕ ਕਾਂਡ ਹੋ ਗਿਆ। ਹੁਣ ਅੱਗੇ ਤੋਂ ਧਿਆਨ ਰੱਖਾਂਗੇ ਆਪਾਂ, ਇੱਕ ਤਾਂ ਇਹਦੀ ਤਾਰ ਚੇਂਜ ਕਰਨੀ ਹੈ, ਉਹ ਮੈਂ ਹਜੇ ਚੇਂਜ ਨਹੀਂ ਕਰਦਾ ਕਿਉਂਕਿ ਖੋਲ੍ਹਣਾ ਪਊਗਾ ਸਾਰਾ ਕੁਛ ਅੰਦਰੋਂ, ਅਤੇ ਮੈਂ ਸੋਚਿਆ ਕਿ ਆਪਾਂ ਜਿਹੜੀ ਟਰਾਲੀ ਪ੍ਰਿੰਟ ਕਰਨੀ ਲਾਉਣੀ ਆ ਉਹ ਇਹਦੇ 'ਤੇ ਹੀ ਕਰਾਂਗੇ ਮੇਨ ਬੋਡੀ, ਬਾਕੀ ਦੇ ਜਿਹੜੇ ਪਾਰਟ ਨੇ ਉਹ ਇਹਦੇ 'ਤੇ ਪ੍ਰਿੰਟ ਕਰਦੇ ਰਹਾਂ ਕਰਾਂ ਆਰਾਮ ਨਾਲ ਜਮਾਂ। ਓਕੇ ਠੀਕ ਹੈ, ਪ੍ਰਿੰਟਰ ਦਾ ਕਸੂਰ ਨਹੀਂ ਆਪਦਾ ਹੀ ਸੀਗਾ। ਅਤੇ ਚਲੋ ਵਲੌਗ 'ਤੇ ਹੋ ਗਿਆ ਰੈਂਡਰ, ਅਤੇ ਹੁਣ ਇੱਕ ਮੈਂ ਅਪਲੋਡ ਕਰਨਾ ਵੀ ਲਾ ਦਿੰਦਾ, ਪਰ ਨਾ ਬਾਹਰ ਚੱਲੀਏ ਆਪਣੀਆਂ ਟਰਾਲੀਆਂ ਖੜੀਆਂ ਬਾਹਰ ਧੁੱਪੇ ਹੀ, ਉਹਨਾਂ ਨੂੰ ਕਰੀਏ ਛਾਵੇਂ। ਕਟਰ ਵੀ ਬਾਹਰ ਹੀ ਪਿਆ ਜੇ ਕੱਲ੍ਹ ਦਾ, ਚੱਲ ਵੀ ਕਟਰ ਸਿਆਂ ਤੂੰ ਵੀ ਚੱਲ ਅੰਦਰ। ਸਮਾਨ ਖਿਲ ਰਿਹਾ ਪਿਆ ਇੱਧਰ ਉੱਧਰ, ਸੀਨ ਇਹਦਾ ਕਿ ਖਾਲੀ ਜਿਵੇਂ ਟਰਾਲੀ ਖੜੀ ਰਵੇ ਪੂਰੀ ਧੁੱਪ 'ਚ ਤਾਂ ਕੋਈ ਦਿੱਕਤ ਨਹੀਂ ਆਉਂਦੀ, ਦਿੱਕਤ ਐਵੇਂ ਵੀ ਨਹੀਂ ਆਉਂਦੀ, ਪਰ ਆਪਾਂ ਰਿਸਕ ਨਹੀਂ ਲੈਣਾ। ਜਿਵੇਂ ਹੁਣ ਧੁੱਪੇ ਟਰਾਲੀ ਖੜੀ ਹੈ ਨਾ, ਅਤੇ ਕਿਤੇ ਨਾ ਕਿਤੇ ਅੰਦਰੋਂ ਜੇ ਕੁਛ ਬੈਂਡ ਹੋ ਗਿਆ ਤਾਂ ਫਿਰ ਟਾਇਰ ਨਾਲ ਲੱਗਣਗੇ ਇਹਦੇ, ਠੀਕ ਹੈ। ਅਤੇ ਇਸ ਕਰਕੇ ਟਰਾਲੀਆਂ ਨਾ ਆਪਾਂ ਛਾਵੇਂ ਕਰ ਦਈਏ, ਟੂੰ 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 ਟੂੰ।
ਇੱਥੋਂ ਕੋਈ ਟਰੈਕਟਰ ਨਹੀਂ ਖੇਡ ਸਕਦਾ, ਪਰ ਮੈਂ ਖੇਡ ਸਕਦਾ ਟਰਾਲੀਆਂ ਚਾਰੇ ਇੱਦਾਂ ਦੀਆਂ ਭਰੀਆਂ ਖਿਲਾਰ ਰਹੀਆਂ, ਕਿਉਂਕਿ ਅੱਜ ਆਪਾਂ ਸ਼ੂਟ ਕਰਨੀ ਵੀਡੀਓ ਆਪਣੇ ਸਵਰਾਜ 4x4 ਨਾਲ। ਆਜੋ 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 ਸ਼ਾਮੇ ਆਜੋ, ਜਗ੍ਹਾ ਬਣਾ ਲਈਏ, ਇੱਥੋਂ ਹੀ ਖਿਚਾਵਾਂਗੇ ਟਰੈਕਟਰ ਨਾਲ ਟਰਾਲੀਆਂ ਨਾ, ਇੱਥੋਂ ਹੀ ਸਵਰਾਜ ਲੈ ਕੇ ਜਾਊਗਾ ਇਹਨਾਂ ਨੂੰ ਸ਼ਾਇਦ, ਕਨਫਰਮ ਕੁਛ ਨਹੀਂ ਗਾ। ਓਕੇ ਦੀ ਰਿਪੋਰਟ, ਚਲੋ ਚੱਲੀਏ ਅੰਦਰ, ਧੁੱਪ ਬਹੁਤ ਹੋ ਗਈ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਆਹ ਦੇਖੋ ਇੱਥੇ ਕੰਮ ਸ਼ੁਰੂ ਕਰਤਾ ਆਪਾਂ, ਤਿੰਨ ਸਵਰਾਜ ਇਕੱਠੇ ਟਰੈਕਟਰ ਮੋਡੀਫਾਈ ਕਰਨ ਆਇਆ, ਠੀਕ ਹੈ, ਇੱਕ ਦੋ ਇੱਕੋ ਖੜਾ ਤਿੰਨ, ਅਤੇ ਤਿੰਨਾਂ ਦੇ ਪਾਰਟ ਜਿਹੜੇ ਨੇ ਉਹ ਇੱਥੇ ਪ੍ਰਿੰਟ ਕਰਨੇ ਲਾਏ ਸੀਗੇ ਮੈਂ, ਅਤੇ ਇੱਕ ਇੱਕ ਕਰਕੇ ਨਾ ਸਾਰੇ ਪਾਰਟ ਪ੍ਰਿੰਟ ਕਰਨ ਦਿਆਂ ਮੈਂ। ਇੱਧਰ ਦੇਖੋ ਚੱਲਣ ਦਿਆਂ ਪ੍ਰਿੰਟਰ ਮੌਕੇ 'ਤੇ ਬੰਪਰ ਪ੍ਰਿੰਟ ਕਰਨੇ ਆ, ਅਤੇ ਉਸ ਦੇ ਨਾਲ ਆ ਜਿਹੜੀ ਆਪਣੀ ਟਰਾਲੀ ਖਰਾਬ ਹੋ ਗਈ ਸੀ ਇਹਦੇ ਪਾਰਟ ਵੀ ਡਿਜ਼ਾਇਨ ਕਰ ਲਏ ਨੇ, ਅਤੇ ਉਹ ਵੀ ਪ੍ਰਿੰਟ ਕਰਨੇ ਲਾਉਣੇ ਨੇ, ਪਰ ਉਹ ਤੋਂ ਪਹਿਲਾਂ ਹੁੱਕਾਂ ਪ੍ਰਿੰਟ ਹੁੰਦੀਆਂ, ਮੈਂ ਕਿਹਾ ਚੱਲੇ ਪ੍ਰਿੰਟ ਕਰ ਲਈਏ। ਅਤੇ ਇਹਨਾਂ ਨਾਲ ਆਪਣੇ ਦੋ ਤਿੰਨ ਪਾਰਸਲ ਆਏ ਹੋਏ ਨੇ ਅਤੇ ਉਹ ਲੈ ਕੇ ਆਉਣੇ ਆ, ਠੀਕ ਹੈ, ਅਤੇ ਚੱਲਦੇ ਹਾਂ ਆਪਾਂ ਪਹਿਲਾਂ ਉਹ ਕੰਮ ਕਰਦੇ ਹਾਂ, ਅਤੇ ਫਿਰ ਆ ਕੇ ਹੋ ਸਕਦਾ ਪਲੈਨ ਬਣ ਜਾਵੇ ਆਪਣਾ ਵੀਡੀਓ ਸ਼ੂਟ ਕਰਨ ਦਾ ਸਵਰਾਜ 4x4 ਨਾਲ, ਬਾਹਰ ਟਰਾਲੀਆਂ ਖੜੀਆਂ ਜਿਹੜੀਆਂ, ਠੀਕ ਹੈ, ਇਸ ਕਰਕੇ ਆਪਾਂ ਛੇਤੀ ਛੇਤੀ ਜਾ ਕੇ ਨਾ ਸਮਾਨ ਲੈ ਆਈਏ ਸਾਰਾ ਜਿਹੜਾ ਆਇਆ ਹੋਇਆ, ਉਹਨਾਂ 'ਚੋਂ ਕੁਛ ਰਿਟਰਨ ਵੀ ਕਰਨੇ ਪੈਣੇ ਨੇ, ਚਲੋ ਦੇਖ ਲਾਂਗੇ ਉੱਥੇ ਜਾ ਕੇ ਹੀ। ਮੈਂ ਨਾਲ ਪੇਚਕਸ ਲੈ ਹੀ ਜਾਂਦਾ ਵਾਂ, ਕਿਉਂਕਿ ਸਰਵੋ ਆਈਆਂ ਹੋਈਆਂ ਅਤੇ ਉਹ ਵੀ ਖੋਲ੍ਹ ਕੇ ਦੇਖਣੀਆਂ ਪੈਣੀਆਂ। ਹਾਂ ਠੀਕ ਹੈ, ਇੰਜਣਾ ਸਰ ਜੂਗਾ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਆਪਾਂ ਆ ਗਏ ਹਾਂ ਵਾਪਸ ਐਲਾਬਾਦ ਤੋਂ, ਅਤੇ ਸਾਨੂੰ ਪਹਿਲਾਂ ਟਾਈਮ ਦੇਖੋ 10 ਵਜਣ ਵਾਲੇ ਆ, ਅਤੇ ਹੁਣ ਕਰਨਾ ਵਲੋਗ ਕੰਟੀਨਿਊ, ਕਿਉਂਕਿ ਆਇਆ ਹੀ ਮੈਂ ਬਸ ਜਸਟ ਘੰਟਾ ਕੁ ਪਹਿਲਾਂ ਆਇਆ ਵਾਂ, ਅਤੇ ਆ ਕੇ ਇੱਧਰ ਮੈਂ ਡਿਜ਼ਾਇਨ ਵਾਲਾ ਕੰਮ ਕੀਤਾ ਜ਼ਰੂਰੀ, ਉਹਦੇ 'ਤੇ ਕੰਮ ਸ਼ੁਰੂ ਕਰਤਾ, ਠੀਕ ਹੈ, ਕਿਉਂਕਿ ਨਾ ਆਪਣਾ ਇੱਕ ਨਿੱਕਾ ਜਿਹਾ ਮਿਸ਼ਨ ਹੈ, 2 ਦਿਨਾਂ ਦੇ ਵਿੱਚ ਨਾ ਆਪਾਂ 2 ਟਰੈਕਟਰ ਰੇਡੀ ਕਰਨੇ ਨੇ, ਇੱਕ ਕਰਨਾ ਮਹਿੰਦਰਾ, ਠੀਕ ਹੈ, ਹਾਂ ਦੇਖੋ ਜਿਹਨਾਂ ਦੇ ਕੰਮ ਚੱਲਣ ਦਿਆ ਸੈਂਡਿੰਗ ਦਾ, ਅਤੇ ਦੂਜਾ ਕਰਨਾ ਇੱਕ 9x11, ਠੀਕ ਹੈ, ਔਡਰ ਆਇਆ ਹੋਇਆ ਇੱਕ ਮਹਿੰਦਰਾ, ਇੱਕ 9x11 ਅਤੇ 2 ਟਰਾਲੀਆਂ, ਇਹ ਆਪਾਂ 2 ਦਿਨਾਂ ਦੇ ਵਿੱਚ ਰੇਡੀ ਕਰਨੀਆਂ ਨੇ। ਆ ਲਿਫਟ ਵਾਲੀ ਹੈ ਨਹੀਂ, ਆ ਸਿੰਪਲ ਹੈ, ਇੱਕ ਟਰਾਲੀ ਰੇਡੀ ਹੈ, ਆ ਟਰਾਲੀ ਲਿਫਟ ਵਾਲੀ ਹੈ, ਇਹ ਨਹੀਂ ਰੇਡੀ, ਯਾਨੀ ਇੱਕ ਟਰਾਲੀ ਆਪਾਂ ਨੂੰ ਹੋਰ ਬਣਾਉਣੀ ਪਊਗੀ, ਇੱਕ ਟਰਾਲੀ ਵੈਸੇ ਤਾਂ ਆ ਵੀ ਹੈਗੀ ਹੈ, ਪਰ ਆ ਟਰਾਲੀ 'ਤੇ ਕੰਮ ਹਜੇ ਰਹਿੰਦਾ ਥੋੜ੍ਹਾ ਜਿਹਾ ਕਰਨ ਵਾਲਾ, ਅਤੇ ਟਰਾਲੀ ਆਪਾਂ ਨੂੰ ਇੱਕ ਹੋਰ ਨਵੀਂ ਪ੍ਰਿੰਟ ਕਰਨੀ ਪੈਣੀ ਹੈ, ਟਰਾਲੀਆਂ ਦੇ ਵੈਸੇ ਕਈ ਪ੍ਰਿੰਟ ਕਰਨੀਆਂ, ਪਰ ਮੌਕੇ 'ਤੇ ਇੱਕ ਨਵੀਂ ਆਪਾਂ ਨੂੰ ਚਾਹੀਦੀ ਹੈ, ਅਤੇ ਮੌਕੇ 'ਤੇ ਹੁਣ ਨਾ ਆਪਾਂ ਕੰਮ ਸ਼ੁਰੂ ਕਰ ਦਈਏ ਆਪਣੇ ਮਹਿੰਦਰੇ 'ਤੇ ਅਤੇ 9x11 'ਤੇ। ਆ ਜਾਓ ਵੀ ਇਸ ਦੋਵੇਂ ਟਰੈਕਟਰ ਆ ਜਾਓ ਮੈਦਾਨ 'ਚ, ਲਾਸਟ ਟਰੈਕਟਰ ਰਹਿ ਗਏ, ਨਵੇਂ ਔਡਰ ਕਰਦਾ ਮੈਂ, ਅਤੇ ਸਵਰਾਜ ਜਿਹੜੇ ਨੇ ਉਹਨਾਂ ਨੂੰ ਇੱਕ ਵਾਰੀ ਇੱਕ ਕੋਰਨਰ 'ਤੇ ਕਰ ਦਈਏ, ਹੁਣ 2-3 ਦਿਨਾਂ ਲਈ ਨਾ ਇੱਕ ਵਾਰੀ ਸਵਰਾਜ ਇੱਕ ਸਾਈਡ ਕਰ ਦਈਏ ਆਪਾਂ, ਅਤੇ ਕੰਮ ਖਿੱਚੀਏ ਇੱਧਰ ਜਿਹੜਾ ਕਿ ਜ਼ਿਆਦਾ ਜ਼ਰੂਰੀ ਹੈ, ਠੀਕ ਹੈ। ਇਹਨਾਂ 'ਚੋਂ ਇੱਕ ਟਰੈਕਟਰ 'ਤੇ ਕੰਪਲੀਟ ਰੈੱਡ ਹੋਣਾ, ਉਹ ਮੈਂ ਦੇਖ ਲੈਣਾ ਕਿਹੜਾ ਕਰਨਾ, ਅਤੇ ਦੂਜਾ ਉਹਦੇ ਮਡਗਾਰਡ ਖੋਲ੍ਹ ਕੇ ਅਤੇ ਉਹਨਾਂ ਦੀ ਫਿਟਿੰਗ ਕਰਦੇ ਹਾਂ ਆਪਾਂ, ਠੀਕ ਹੈ, ਯਾਨੀ ਕਿ ਕੰਮ ਸ਼ੁਰੂ ਕਰ ਦਿੰਦੇ ਆਪਾਂ ਅੱਜ। ਅਤੇ ਉਸ ਦੇ ਨਾਲ ਇੱਧਰ ਪਾਰਟਸ ਪ੍ਰਿੰਟ ਕਰਨੇ ਲਾ ਹੀ ਦਿੱਤੇ ਨੇ ਮੈਂ, ਸਾਰੇ ਰਾਜ ਪ੍ਰਿੰਟਰ ਚੱਲਣਗੇ, 9x11 ਦੇ ਟਾਇਰ ਹੈਗੇ ਨੇ ਆਪਣੇ ਕੋਲ, ਮਹਿੰਦਰੇ ਦੇ ਟਾਇਰ ਆਪਾਂ ਨੂੰ ਪ੍ਰਿੰਟ ਕਰਨੇ ਪੈਣੇ ਨੇ, ਠੀਕ ਹੈ, 9x11 ਨੂੰ ਆਪਾਂ 75mm ਦੇ ਟਾਇਰ ਪਾਉਂਦੇ ਹਾਂ, ਪਰ ਮਹਿੰਦਰੇ ਨੂੰ ਛੋਟੇ ਟਾਇਰ ਪੈਣਗੇ, ਕਿਉਂਕਿ ਮਹਿੰਦਰਾ ਟਰੈਕਟਰ ਹੀ ਛੋਟਾ, ਹੁਣ ਉਹਦੇ 'ਚ ਆਪਾਂ ਕੁਛ ਨਹੀਂ ਕਰ ਸਕਦੇ, ਸੋਹਣਾ ਟਰੈਕਟਰ ਉਹ ਨਿੱਕੇ ਟਾਇਰਾਂ 'ਚ ਹੀ ਲੱਗੂਗਾ, ਜ਼ਿਆਦਾ ਫਰਕ ਨਹੀਂ ਪੈਂਦਾ, ਜੇ 75mm ਹੈ ਅਤੇ ਉਹਨੂੰ ਆਪਾਂ 73mm ਦੇ ਟਾਇਰ ਪਾਉਣੇ ਨੇ, ਅਤੇ ਮੋਟਾਈ ਥੋੜ੍ਹੀ ਜਿਹੀ ਘੱਟ ਰੱਖਾਂਗੇ ਚੌੜਾਈ, ਠੀਕ ਹੈ, ਇਹਨਾਂ ਟਾਇਰਾਂ ਨਾਲੋਂ, ਕਿਉਂਕਿ ਕੁਛ ਤਾਂ ਫਰਕ ਹੋਣਾ ਚਾਹੀਦਾ 9x11 ਅਤੇ ਮਹਿੰਦਰੇ ਦੇ ਵਿੱਚ, ਠੀਕ ਹੈ, ਹਾਲਾਂਕਿ ਪ੍ਰਾਈਜ਼ ਦਾ ਕੋਈ ਡਿਫਰੈਂਸ ਨਹੀਂ ਗਾ, ਪਰ ਫਿਰ ਵੀ ਮਾਡਲ ਦੇ ਹਿਸਾਬ ਨਾਲ ਵੀ ਇੱਕ ਪਾਸੇ 9x11 ਇੱਕ ਪਾਸੇ ਮਹਿੰਦਰਾ ਹੈ, ਅਤੇ ਇਹਨਾਂ ਕੋਲ ਫਰਕ 'ਤੇ ਵਿਖਣਾ ਵੀ ਚਾਹੀਦਾ, ਠੀਕ ਹੈ।
ਤੇ ਬਸ ਕਰਦੇ ਹਾਂ ਫਿਰ ਕੰਮ ਆਪਾਂ ਸ਼ੁਰੂ ਤੇ ਲਾਈਏ ਇਹਨਾਂ ਦੀਆਂ ਛੂਹਾਂ। ਚਲੋ ਇਹਨਾਂ 'ਤੇ ਕੰਮ ਤਾਂ ਕਰਾਂਗਾ ਜੀ, ਉਹ ਤਾਂ ਜ਼ਿਆਦਾ ਕੁਛ ਵਲੋਗ 'ਚ ਵਿਖਾਉਣ ਵਾਲਾ ਹੈ ਨਹੀਂ ਗਾ। ਵਲੋਗ 'ਚ ਜਿਹੜੀ ਚੀਜ਼ ਵਿਖਾਉਣ ਵਾਲੀ ਆ ਉਹ ਮੈਂ ਤੁਹਾਨੂੰ ਵਿਖਾ ਦਿੰਦਾ ਕਿ ਸਮਾਨ ਆਇਆ ਸੀ ਆਪਣਾ, ਕੁਰੀਅਰ ਆਏ ਸੀ ਕਾਫੀ, ਅਤੇ ਇੱਕ ਤਾਂ ਉਹ ਲੈ ਕੇ ਆਇਆ ਹੋਇਆ ਵਾਂ, ਠੀਕ ਹੈ, ਇੱਕ ਤਾਂ ਬਹੁਤ ਇੰਪੋਰਟੈਂਟ ਚੀਜ਼ ਹੈ। ਉਸ ਤੋਂ ਇਲਾਵਾ ਸਮਾਨ ਵਗੈਰਾ ਲੈ ਕੇ ਆਇਆ ਸੀ ਮੈਂ ਹੋਰ, ਆ ਤਾਰ ਹੈ, ਸੁੱਚ ਹੈ ਆਪਣੇ ਲੈਟਾਂ ਵਾਸਤੇ, ਆਹ ਜਿਹੜੀ ਫੱਟੀ ਹੈ ਇਹਦੀ ਵੀ ਫਿਟਿੰਗ ਕਰਨੀ ਹੈ, ਕੱਲ੍ਹ ਮੈਂ ਵਾਇਰਿੰਗ ਤਾਂ ਸਾਰੀ ਕਰਤੀ ਸੀ ਇਹਦੀ, ਆਹ ਦੇਖੋ, ਅਤੇ ਬਸ ਇਹਦੀ ਫਿਟਿੰਗ ਕਰਨੀ, ਉਹਦੇ ਵਾਸਤੇ ਤਾਰ ਤੂਰ ਲੈ ਕੇ ਆਇਆ ਸੀ ਅੱਜ, ਅਤੇ ਟਾਈਮ ਸਾਰਾ ਲੰਘ ਹੀ ਗਿਆ, ਅੱਜ ਦੇ ਦਿਨ ਵੀ ਕੰਮ ਹੋਇਆ ਨਹੀਂ, ਕੋਈ ਨਹੀਂ ਦੇਖਦੇ ਹਾਂ ਸਵੇਰੇ ਕਰਾਂਗੇ ਆਪਾਂ, ਠੀਕ ਹੈ। ਉਸ ਤੋਂ ਇਲਾਵਾ ਹੋਰ ਵੀ ਆ ਸਮਾਨ, ਆ ਟੇਪ ਖਤਮ ਹੋ ਗਈ ਸੀਗੀ, ਟੇਪ ਰੋਲ ਲੈ ਕੇ ਆਇਆ ਵਾਂ ਨਵੇਂ, ਅਜਾ ਵੀ ਦੋ ਹੀ ਚੱਕ ਲਿਆ ਮੈਂ, ਠੀਕ ਹੈ, ਕਿੱਥੇ ਰੱਖੀਏ ਤੈਨੂੰ, ਤੁਸੀਂ ਇੱਥੇ ਚੱਲੋ ਇਸ ਪੋਰਸ਼ਨ 'ਤੇ, ਆ ਟੇਪ ਪਤਾ ਨਹੀਂ ਆਪਣੇ ਆ ਜਗਾੜ 'ਚ ਆਉਣੀ ਵੀ ਹੈ ਕਿ ਫਿੱਟ, ਹਾਂ ਆ ਟੇਪ ਪਤਾ ਨਹੀਂ ਇਸ ਜਗਾੜ 'ਚ ਆਉਂਦੀ ਵੀ ਹੈ ਕਿ ਨਹੀਂ ਆਉਂਦੀ, ਲੈ ਤਾਂ ਆਇਆ ਮੈਂ, ਆਜੂਗੀ ਓਏ, ਸ਼ੁਕਰ ਹੈ ਆ ਗਈ, ਚਲੋ ਜੇ ਮੌਕੇ ਦੀ ਰਿਪੋਰਟ ਹੈ, ਸਵੇਰੇ ਲੋੜ ਆ ਇਹਦੀ ਅੱਜ ਨਹੀਂ ਗੀ, ਡੱਬੇ ਡੁੱਬੇ ਸਵੇਰੇ ਕਰਾਂਗੇ ਤਿਆਰ ਹੈ, ਠੀਕ ਹੈ। ਉਸ ਤੋਂ ਇਲਾਵਾ ਹੋਰ ਵੀ ਪਾਰਸਲ ਵਗੈਰਾ ਆਏ ਹੋਏ ਨੇ, ਹਾਂ ਬੈਟਰੀਆਂ ਲੈ ਕੇ ਆਇਆ ਸੱਚ ਮੈਂ, ਬੈਟਰੀਆਂ ਮਤਲਬ ਸੈੱਲ, ਵੈਸੇ ਤਾਂ ਆਪਣੀਆਂ ਬੈਟਰੀਆਂ ਪੂਰੀਆਂ ਨੇ, ਬਾਕੀ ਨਾ ਕਈ ਵਾਰੀ ਔਡਰ ਆ ਜਾਂਦਾ ਵੀ ਟਰੈਕਟਰ ਦੇ ਨਾਲ ਐਕਸਟਰਾ ਬੈਟਰੀ ਵੀ ਮੰਗਦੇ ਨੇ, ਅਤੇ ਇਸ ਕਰਕੇ ਫਿਰ ਮੈਂ ਸੈੱਲ ਥੋੜ੍ਹੇ ਐਕਸਟਰਾ ਲੈ ਕੇ ਆਇਆ, ਨਾਲੇ ਚਾਰਜਰ ਇੱਕ ਲੈ ਕੇ ਆਇਆ ਵਾਂ। ਚਲੋ ਇਹਨੂੰ ਵੀ ਰੱਖ ਦਈਏ ਕਰੀ ਸਾਈਡ 'ਤੇ, ਸਵੇਰੇ ਕਰਦੇ ਹਾਂ ਇਹਦੇ 'ਤੇ ਵੀ ਕੰਮ, ਠੀਕ ਹੈ। ਅਤੇ ਮੌਕੇ 'ਤੇ ਇੱਕ ਜਿਹੜੀ ਸਾਹਮਣੇ ਇੰਪੋਰਟੈਂਟ ਚੀਜ਼ ਹੈ ਜਿੰਨਾ ਮੈਂ ਇੰਤਜ਼ਾਰ ਕਰ ਰਿਹਾ ਸੀ ਕਾਫੀ ਟਾਈਮ ਤੋਂ, ਉਹ ਇਹਦੇ ਵਿੱਚ ਹੈ। ਉਹ ਕੀ ਚੀਜ਼ ਹੈ ਉਹ ਤੁਹਾਨੂੰ ਮੈਂ ਕੱਢ ਹੋਣਾ, ਖੁੱਲ੍ਹਦਾ ਸਿਮਸਿੰਗ ਵੀ ਮੁੰਡਿਓ, ਆ ਜੇ ਉਹ ਚੀਜ਼, ਗਲੂ ਗਨ, ਨਵੀਂ ਫਰੈਸ਼ ਨਿਊ ਗਲੂ ਗਨ ਮੰਗਾਈ ਹੋਈ ਆਪਾਂ। ਵੈਸੇ ਤਾਂ ਆਹ ਦੇਖੋ ਇੱਕ ਗਲੂ ਗਨ ਹੈਗੀ ਸੀ ਆਪਣੇ ਕੋਲ, ਪਰ ਆਹ ਜਿਹੜੀ ਹੈ ਲੋਕਲ ਮਿਲਦੀ ਹੈ ਇੱਥੇ ਮਾਰਕੀਟ 'ਚ ਵੀ ਮਿਲ ਜਾਂਦੀ ਹੈ, ਅਤੇ ਇਹਦੀ ਨਾ ਸਭ ਨੂੰ ਵੱਡੀ ਜਿਹੜੀ ਪ੍ਰੋਬਲਮ ਹੈ ਇਹਦਾ ਲੀਵਰ ਟੁੱਟ ਜਾਂਦਾ ਬਹੁਤ ਜਲਦੀ, ਠੀਕ ਹੈ, ਜਿਹਦੇ ਕੋਲ ਵੀ ਹੈਗੀ ਉਹਨੇ ਚੀਜ਼ ਨੋਟਿਸ ਕੀਤੀ ਹੋਊਗੀ। ਦੂਜਾ ਇਹ ਹੈ ਵੀ ਮੈਨੂੰ ਲੱਗਦਾ 60 ਕਵੋਟ ਦੀ ਹੈ, ਵੀ ਇੰਨੀ ਜ਼ਿਆਦਾ ਗਰਮ ਨਹੀਂ ਹੁੰਦੀ ਅਤੇ ਗਰਮ ਹੋਣ 'ਚ ਟਾਈਮ ਵੀ ਬਹੁਤ ਜ਼ਿਆਦਾ ਲੈਂਦੀ ਹੈ, ਅਤੇ ਆਪਾਂ ਨੂੰ ਚਾਹੀਦੀ ਸੀ ਬਿਲਕੁਲ ਸਿਰਾ ਜੀ, ਠੀਕ ਹੈ, ਇਸ ਕਰਕੇ ਮੈਂ ਸਾਹਮਣੇ ਵਾਲੋਂ ਸਿਰਾ ਸਾਹਮਣਾ ਮਹਿੰਗੀ ਮੰਗਾਈ ਹੈ, 1000 ਰੁਪਏ ਦੀ ਹੈ, ਠੀਕ ਹੈ। ਆਹ ਜਿਹੜੀ ਹੈ ਮੇਰੇ ਹਿਸਾਬ ਨਾਲ 300-400 ਰੁਪਏ ਦੀ ਮਿਲ ਜਾਂਦੀ ਹੈ ਲੋਕਲ ਮਾਰਕੀਟ 'ਚ ਵੀ, ਅਤੇ ਇਹਦੇ ਵਿੱਚ ਇੱਕ ਤਾਂ ਟੈਂਪਰੇਚਰ ਕੰਟਰੋਲ ਦਿੱਤਾ ਹੋਇਆ, ਠੀਕ ਹੈ, ਅਤੇ ਇਹਦੇ ਅੱਗੇ ਫਰੰਟ 'ਤੇ ਨੋਜ਼ਲ ਬਹੁਤ ਸਹੀ ਹੈ, ਬਹੁਤ ਸਿਰਾ ਚੀਜ਼ ਹੈ। ਬਾਕੀ ਚਲੋ ਯੂਜ਼ ਕਰਕੇ ਦੇਖਾਂਗੇ ਫਿਰ ਹੀ ਐਗਜੈਕਟ ਪਤਾ ਲੱਗੂਗਾ, ਹਜੇ ਯੂਜ਼ ਤਾਂ ਕੀਤੀ ਨਹੀਂ ਮੈਂ। ਬਾਕੀ ਇੱਕ ਚੀਜ਼ ਮੈਂ ਦੇਖੀ ਹੋਈ ਆ, ਜਮਾਈ ਹੋਈ ਆ, ਹੁਣ ਜਿਵੇਂ ਆਏ ਆ ਸੋਲਡਰਿੰਗ ਆਇਰਨ ਹੈ, ਇਹਨਾਂ ਲੋਕਲ ਹੈ ਵੀ ਲੋਕਲ ਲਈ ਸੀ ਮੈਂ ਮਾਰਕੀਟ 'ਚ, 50-60 ਰੁਪਏ ਦੀ ਮਿਲ ਜਾਂਦੀ ਹੈ, ਅਤੇ ਇਹ ਜਿਹੜੀ ਹੈ ਇਹ ਤੁਸੀਂ ਮੰਨ ਕੇ ਚੱਲੋ ਕਿ 2 ਮਹੀਨਿਆਂ 'ਚ ਜਾਂ 3 ਮਹੀਨਿਆਂ 'ਚ ਮੈਨੂੰ ਚੇਂਜ ਕਰਨੀ ਹੀ ਪੈਂਦੀ ਹੈ, ਅਤੇ ਇੰਨੀ ਐਕੂਰੇਟ ਵਰਕ ਵੀ ਨਹੀਂ ਕਰਦੀ, ਇੰਨਾ ਜ਼ਿਆਦਾ ਹੀਟ ਨਹੀਂ ਹੁੰਦੀ ਹੈ, ਠੀਕ ਹੈ। ਅਤੇ ਦੂਜੇ ਪਾਸੇ ਆਹ ਜਿਹੜੀ ਇੱਕ ਸੋਲਡਰਿੰਗ ਆਇਰਨ ਹੈ, ਇਹ ਆਪਾਂ ਔਨਲਾਈਨ ਮੰਗਾਈ ਸੀ 400 ਦੀ ਸੀ, ਟੈਂਪਰੇਚਰ ਕੰਟਰੋਲ ਹੋ ਜਾਂਦਾ, ਹੀਟ ਬਹੁਤ ਜਲਦੀ ਹੋ ਜਾਂਦੀ ਹੈ, ਵਰਕ ਬਹੁਤ ਵਧੀਆ ਕਰਦੀ ਹੈ, ਹੁਣ ਤੱਕ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ, ਵਧੀਆ ਚੱਲਣ ਦੀ ਹੈ, ਠੀਕ ਹੈ। ਵੀ ਜੇ ਇਨਵੈਸਟ ਕਰਨਾ ਹੀ ਹੈ, ਬਜਟ ਹੈਗਾ ਅਤੇ ਥੋੜ੍ਹੀ ਜਿਹੀ ਵਧੀਆ ਚੀਜ਼ ਲਓ, ਮੈਂ ਤਾਂ ਇਹ ਸਲਾਹ ਦੂੰਗਾ। ਸਟਾਰਟਿੰਗ ਦੇ ਵਿੱਚ ਚਲੋ ਮਜਬੂਰੀ ਹੁੰਦੀ ਹੈ, ਸਟਾਰਟਿੰਗ ਜੋ ਮੈਂ ਸ਼ੁਰੂ ਕੀਤਾ ਸੀ ਉਦੋਂ ਮੈਂ ਵੀ ਐਵੇਂ ਦੀਆਂ ਚੀਜ਼ਾਂ ਯੂਜ਼ ਕਰਦਾ ਸੀ ਜ਼ਿਆਦਾ, ਜਿਵੇਂ ਗਲੂ ਗਨ ਵੀ ਉਹ ਯੂਜ਼ ਕਰ ਲਈ ਜਿਹੜੀ ਸਸਤੀ ਤੋਂ ਸਸਤੀ ਮਿਲ ਗਈ, ਪਰ ਹੁਣ ਜਿਵੇਂ ਜਿਵੇਂ ਯੂਜ਼ ਕਰਨ ਦਾ ਆ ਉਵੇਂ ਪਤਾ ਲੱਗਣ ਦਿਆ ਕਿ ਜੇ ਚੀਜ਼ ਥੋੜ੍ਹੀ ਜਿਹੀ ਮਹਿੰਗੀ ਹੈ, ਕੁਆਲਿਟੀ ਵਧੀਆ ਹੈ ਅਤੇ ਉਹ ਚੰਗੀ ਹੈ, ਠੀਕ ਹੈ। ਵੀ ਜਿੱਥੇ ਆ ਨੋਰਮਲ 2 ਮਹੀਨੇ ਕੱਢਣੀ ਆ, ਉੱਥੇ ਐਵੇਂ ਦੀ ਚੀਜ਼ ਸਾਲ ਕੱਢ ਜਾਂਦੀ ਹੈ, ਅਤੇ ਉੱਥੇ ਆ ਜਾਂਦੀ ਗੱਲ ਘੁੰਮ ਫਿਰ ਕੇ। ਚਲੋ ਦੇਖਦੇ ਹਾਂ, ਇਹਨੂੰ ਮੈਂ ਖੋਲ੍ਹ ਕੇ ਨਾ ਕਰਦਾ ਯੂਜ਼, ਠੀਕ ਹੈ, ਜਾਂ ਮੈਂ ਸੋਚਣ ਦਿਆਂ ਕਿ ਸ਼ੋਰਟ ਵੀਡੀਓ ਸ਼ੂਟ ਕਰਦਾ ਇਹਦੀ,
ਸ਼ੋਰਟ ਵੀਡੀਓ 'ਤੇ ਕੀ ਸ਼ੂਟ ਕਰਾਂਗਾ ਵੈਸੇ ਇਹਦੀ, ਵੈਸੇ ਕਰ ਵੀ ਸਕਦੇ ਹਾਂ, ਕੋਈ ਵੱਡੀ ਗੱਲ ਨਹੀਂ ਗੀ। ਮੈਂ ਤਾਂ ਕਹਿੰਦਾ ਰਹਿਣ ਹੀ ਦਈਏ, ਨਹੀਂ ਰਹਿਣ ਕਿਉਂ ਦਈਏ, ਕਰੀਏ ਯਾਰ, ਕਨਫਿਊਜ਼ ਹੋਇਆ ਪਿਆ। ਚਲੋ ਮੈਂ ਨਾ ਅਨਬੋਕਸਿੰਗ ਕਰ ਹੀ ਦਿੰਦਾ ਵਾਂ, ਵੈਸੇ ਵੀ ਨਾ ਸ਼ੋਰਟ ਵੀਡੀਓ ਸ਼ੂਟ ਕੀਤੀ ਨਹੀਂ, 2 ਦਿਨ ਦਾ ਗੈਪ ਪੈ ਚੱਲਾ। ਚਲੋ ਫਿਰ ਕਰਦੇ ਹਾਂ ਅੱਜ ਇਹਦੀ ਅਨਬੋਕਸਿੰਗ, ਅਤੇ ਸ਼ੋਰਟ ਵੀਡੀਓ 'ਚ ਵੇਖਣ ਨੂੰ ਮਿਲੂਗੀ ਅਨਬੋਕਸਿੰਗ। ਲਓ ਵੀ ਮੁੰਡਿਓ, ਸੀਨ ਇੱਦਾਂ ਕਿ ਆਹ ਦੇਖੋ, ਗਲੂਗਨ ਦੀ ਹੋ ਗਈ ਸੀ ਅਨਬੋਕਸਿੰਗ, ਵਰਕ ਬਿਲਕੁਲ ਸਹੀ ਕਰਨ ਦੀ ਹੈ, ਠੀਕ ਹੈ। ਉਹ ਜਿਹੜੀ ਆਪਣੀ ਨੋਰਮਲ ਸੀ ਉਹਦੇ ਵਿੱਚ ਇੱਕ ਕਮੀ ਸੀ, ਉਹਨੂੰ ਜਦੋਂ ਐਂ ਰੱਖੀ ਦਾ ਹੈ ਨਾ ਸਟੈਂਡ 'ਤੇ, ਅਤੇ ਔਨ ਕਰ ਦੀ ਦੀ ਸੀਗੀ, ਅਤੇ ਗਰਮ ਹੋ ਕੇ ਨਾ ਆਟੋਮੈਟਿਕ ਇੱਥੋਂ ਗਲੂ ਥੱਲੇ ਨੂੰ ਡਿੱਗਣ ਲੱਗ ਪੈਂਦੀ ਸੀ। ਪਰ ਇਹਦੇ ਵਿੱਚ ਇੱਦਾਂ ਦਾ ਕੋਈ ਸੀਨ ਨਹੀਂ ਗਾ, ਬਿਲਕੁਲ ਸਹੀ ਵਰਕ ਕਰਦੀ ਵੀ ਹੈ। ਅਤੇ ਮੈਂ ਇਹਨੂੰ ਯੂਜ਼ ਵੀ ਆ ਵੇਖੋ 100 ਡਿਗਰੀ 'ਤੇ ਕਰਨਿਆ ਵਾ, ਕਿਉਂਕਿ ਜੇ 130 ਅਤੇ 160 'ਤੇ ਕਰ ਦਿੰਦੇ ਹਾਂ ਨਾ, ਅਤੇ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ, ਵੀ ਗਲੂ ਜਮੀ ਪਾਣੀ ਬਣ ਕੇ ਡਿੱਗਣ ਲੱਗ ਪੈਂਦੀ ਹੈ। ਮੈਂ ਇਹਦੀ ਸ਼ੋਅ ਜੋੜੀ ਸੀ ਆ ਟਰੇਟਰ ਦੀ, ਆਹ ਦੇਖੋ ਟਰੇਟਰ ਦੀ ਨਾ ਸ਼ੋਅ ਜਿਵੇਂ ਵਾਰ ਵਾਰ ਨਿਕਲ ਜਾਂਦੀ ਸੀ, ਅਤੇ ਥੱਲੇ ਮੈਂ ਹੁਣ ਗਲੂ ਲਾਈ ਹੋਈ ਹੈ, ਹੁਣ ਛੇਤੀ ਨਹੀਂ ਨਿਕਲਦੀ, ਜ਼ੋਰ ਲਾਵਾਂਗੇ ਨਾ ਪੂਰਾ ਜ਼ੋਰ ਲਾ ਕੇ ਪੱਟਾਂਗੇ ਇਹਨੂੰ, ਫਿਰ ਨਿਕਲੂਗੀ ਗਲੂ। ਅਤੇ ਆਪਾਂ ਇੱਦਾਂ ਦਾ ਹੀ ਜੁਗਾੜ ਬਣਾਉਣਾ ਹੈ ਕਿ ਐਮਰਜੈਂਸੀ ਜੇ ਟਰੇਟਰ ਦੀ ਸ਼ੋਅ ਪੱਟਣੀ ਵੀ ਪੈ ਜੇ ਅਤੇ ਪੱਟੀ ਵੀ ਜਾਵੇ, ਠੀਕ ਹੈ। ਵੀ ਜਿਵੇਂ ਕਈ ਵਾਰੀ ਕੋਈ ਦਿੱਕਤ ਆ ਜਾਂਦੀ ਟਰੇਟਰ 'ਚ, ਜਾਂ ਥੱਲੇ ਸਰਕਿਟ ਵਗੈਰਾ ਦੇਖਣਾ ਪੈ ਜਾਂਦਾ ਰਿਸੀਵਰ ਦਾ, ਅਤੇ ਸ਼ੋਅ ਪੱਟੀ ਵੀ ਜਾਵੇ, ਹੁਣ ਥੋੜ੍ਹਾ ਜ਼ੋਰ ਲਾਊਂਗਾ ਸ਼ੋਅ ਪੱਟੀ ਜਾਊਗੀ ਆਰਾਮ ਨਾਲ। ਪਰ ਇੱਦਾਂ ਨੋਰਮਲ ਨਹੀਂ ਪਟੀਨ ਦੀ ਚੱਲਦਾ ਪਿਆ ਜਿਵੇਂ ਟਰੇਟਰ ਐਵੇਂ, ਅਤੇ ਉਸ ਦੇ ਨਾਲ ਹੀ ਆਹ ਥੱਲੇ ਵੀ ਆ ਦੇਖੋ, ਇੱਥੇ ਮੈਂ ਗਲੂ ਲਾਈ ਸੀਗੀ, ਕਿਉਂਕਿ ਨਾ ਜਿੱਦਾਂ ਤਾਰਾਂ ਵਗੈਰਾ ਪੱਟੀਆਂ ਜਾਂਦੀਆਂ, ਜੋੜ ਲੱਗੇ ਹੋਏ ਨੇ, ਇਹ ਪੱਟੇ ਜਾਂਦੇ ਨੇ, ਕਈ ਵਾਰੀ ਸ਼ਿਪਿੰਗ 'ਚ ਪੱਟੇ ਜਾਂਦੇ ਨੇ, ਇੱਕ ਦੋ ਵਾਰੀ ਪਹਿਲਾਂ ਸੀਨ ਹੋਇਆ ਏ। ਇੱਥੇ ਆਹ ਦੇਖੋ, ਹੁਣ ਇੱਥੇ ਮੈਂ ਗਲੂ ਭਰਤੀ ਹੈ, ਆਹੀਂ ਦੇ ਥੱਲੇ ਸੁੱਚ ਲੱਗਾ ਹੋਇਆ ਔਨ ਆਫ ਵਾਲਾ, ਠੀਕ ਹੈ। ਅਤੇ ਜਦੋਂ ਸ਼ਿਪਿੰਗ ਕਰੀਦਾ ਨਾ, ਭੇਜੀ ਦਾ ਟਰੇਟਰ, ਇਹਦੇ ਮਿਊਜ਼ਿਕ ਸਿਸਟਮ ਦੇ ਵਿੱਚ ਬੈਟਰੀ ਅਤੇ ਦੂਸਰਾ ਆਪਣਾ ਚਾਰਜਰ ਵੀ ਹੁੰਦਾ, ਉਹ ਇੱਦਾਂ ਵੱਜ ਵੱਜ ਕੇ ਇੱਕ ਦੂਜੇ ਨਾਲ, ਅਤੇ ਉਹ ਸਾਰੇ ਜਿੱਦਾਂ ਪੱਟੇ ਜਾਂਦੇ ਟਾਂਕੇ ਟੂੰਕੇ, ਅਤੇ ਹੁਣ ਇਹਦਾ ਪੱਕਾ ਹੱਲ ਹੋ ਗਿਆ, ਠੀਕ ਹੈ। ਆਉਣ ਵਾਲੇ ਟਾਈਮ 'ਚ ਨਾ ਸਾਰੇ ਟਰੇਟਰਾਂ 'ਚ ਆਪਾਂ ਯੂਜ਼ ਕਰਾਂਗੇ ਕਿ ਟਾਂਕੇ ਵਗੈਰਾ ਨਾ ਪਟੀਚਣ, ਫਿਰ ਜਮ੍ਹਾਂ ਓਕੇ ਦੀ ਰਿਪੋਰਟ ਹੈ। ਬਾਕੀ ਜਮ੍ਹਾਂ ਸਿਰਾ ਚੀਜ਼ ਹੈ, ਅਤੇ ਮੇਰੇ ਵੱਲੋਂ ਪਾਸ ਹੈ, ਠੀਕ ਹੈ। ਅਤੇ ਬਾਕੀ ਵਲੋਗ ਮੈਂ ਨਾ ਵੈਸੇ ਨੈਕਸਟ ਡੇ ਕੰਟੀਨਿਊ ਕਰਨ ਦਿਆ ਸੀਗਾ, ਟਾਈਮ ਦੇਖ ਲਓ 8 ਵੱਜ ਗਏ ਨੇ, 8 ਕਹਿੰਦੇ 7 ਵੱਜ ਗਏ ਨੇ, ਠੀਕ ਹੈ। ਅਤੇ ਅੱਜ ਦਰ ਮੈਂ ਰਾਤ ਪ੍ਰਿੰਟਰ ਲਾਏ ਸੀ ਦੋਵੇਂ ਹੀ, ਇੱਕ ਪਾਸੇ ਟਾਇਰ ਪ੍ਰਿੰਟ ਕਰਨ ਦਿਆ ਸੀਗਾ ਆਪਣੇ ਮਹਿੰਦਰੇ ਦੇ ਕਹਿ ਲਓ ਜਾਂ 911 ਦੇ ਕਹਿ ਲਓ, ਅਤੇ ਦੂਜੇ ਪਾਸੇ ਯੂ ਪਾਈਪਾਂ ਪ੍ਰਿੰਟ ਹੋ ਰਹੀਆਂ ਸੀ ਦੋਵਾਂ ਦੀਆਂ ਹੀ, ਠੀਕ ਹੈ। ਕੰਮ ਚੱਲਣ ਦਿਆ, ਹੁਣ ਮਿਊਜ਼ਿਕ ਸਿਸਟਮ ਪ੍ਰਿੰਟ ਕਰਨ ਨਾਲ ਲਾ ਦਿੰਦਾ ਵਾ, ਮੈਂ ਮਿਊਜ਼ਿਕ ਸਿਸਟਮ ਦੇ ਸ਼ਾਇਦ ਇੱਕ ਕਰਕੇ ਪ੍ਰਿੰਟ ਕਰੂੰਗਾ, ਠੀਕ ਹੈ। ਮਿਊਜ਼ਿਕ ਸਿਸਟਮ ਪ੍ਰਿੰਟ ਕਰਨਾ ਲਾਉਂਦੇ ਹਾਂ, ਅਤੇ ਨੈਕਸਟ ਵਲੋਗ 'ਚ ਆਪਾਂ ਬਸ ਕੰਮ ਸ਼ੁਰੂ ਕਰ ਦਿੰਦੇ ਹਾਂ ਇਹਨਾਂ ਦੋਵਾਂ ਟਰੇਟਰਾਂ 'ਤੇ, ਠੀਕ ਹੈ। ਚਲੋ ਫਿਰ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੋਗ 'ਚ, ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਅਤੇ ਚਲੋ ਫਿਰ ਓਕੇ ਬਾਏ ਟਾਟਾ।